ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ ਲੈ ਕੇ ਜਿਸ ਤੋਂ ਛਾਂ ਉਦਾਰੀ ਰੱਬ ਨੇ ਸਵਰਗ ਬਣਾਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤਾਨਿਆ ਤੇ ਅੱਜ ਹੈ ਮਦਰਸ ਡੇ। ਵੈਸੇ ਤਾਂ ਹਰ ਦਿਨ ਮਾਂ ਦੀ ਦਿੱਤੀਆਂ ਦੁਆਵਾਂ ਨਾਲ ਹੀ ਸ਼ੁਰੂ ਹੁੰਦਾ ਹੈ, ਪਰ ਅੱਜ ਕੁਝ ਸਪੈਸ਼ਲ ਹੈ ਤੇ ਆਓ ਜਾਣਦੇ ਹਾਂ ਲੋਕਾਂ ਤੋਂ ਕਿ ਉਹ ਆਪਣੀ ਮਦਰਸ ਲਈ ਅੱਜ ਦੇ ਦਿਨ ਕੀ ਸਪੈਸ਼ਲ ਕਰ ਰਹੇ ਨੇ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਪਹਿਲੇ ਤੇ ਜਲੰਧਰ ਵਾਲਿਆਂ ਨੂੰ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਮਦਰਸ ਡੇ ਹੈ ਤੇ ਆਪਾਂ ਆਪਣੀ ਮਦਰ ਵਾਸਤੇ ਸ਼ੋਪਿੰਗ ਕਰਨ ਆਏ ਹੋਏ ਆ, ਐਂਡ ਸਾਰੀਆਂ ਜਿੰਨੀਆਂ ਵੀ ਮਦਰਸ ਨੇ ਪੂਰੇ ਇੰਡੀਆ ਦੀਆਂ, ਪੂਰੇ ਵਰਲਡ ਦੀਆਂ, ਸਾਰਿਆਂ ਨੂੰ ਹੈਪੀ ਮਦਰਸ ਡੇ। ਤੂੰ ਕਿਤਨੀ ਅੱਛੀ ਹੈ, ਤੂੰ ਕਿਤਨੀ ਭੋਲੀ ਹੈ, ਪਿਆਰੀ ਪਿਆਰੀ ਹੈ ਓ ਮਾਂ ਓ ਮਾਂ। ਥੈਂਕ ਯੂ। ਮੈਂ ਆਪਣੇ ਮੰਮਾ ਨੂੰ ਬਹੁਤ ਪਿਆਰ ਕਰਦੀ ਹਾਂ, ਇਸ ਲਈ ਮੈਂ ਮੰਮਾ ਲਈ ਕੁਝ ਸਪੈਸ਼ਲ ਪਲਾਨ ਕੀਤਾ ਹੋਇਆ ਇੱਥੇ। ਉਹਨਾਂ ਲਈ ਮੈਂ ਕੁਝ ਸਪੈਸ਼ਲ ਉਹਨਾਂ ਲਈ ਗਿਫਟ ਲੈ ਕੇ ਆਈ ਹਾਂ ਅਤੇ ਕੇਕ ਵੀ ਆਪਾਂ ਕੱਟਣਾ। ਸਰ ਬੜਾ ਬੜਾ ਅੱਛਾ ਦਿਨ ਹੋਗਾ, ਕਿਉਂਕਿ ਮਾਂ ਜੈਸੀ ਕੋਈ ਚੀਜ਼ ਮਿਲਦੀ ਨਹੀਂ ਬਾਰ ਬਾਰ। ਐਵਰੀਥਿੰਗ ਯੂ ਗੋਟ ਇਨ ਯੂਅਰ ਲਾਈਫ ਜਸਟ ਡਿਊ ਟੂ ਯੂਅਰ ਪੇਰੈਂਟਸ, ਯੂਅਰ ਮਦਰ, ਸਪੈਸ਼ਲੀ ਯੂਅਰ ਮਦਰ, ਸੋ ਆਲਵੇਜ਼ ਰਿਸਪੈਕਟ ਯੂਅਰ ਮਦਰ। ਥੈਂਕ ਯੂ। ਮਦਰਹੁੱਡ, ਮੈਂ ਖੁਦ ਮਦਰ ਬਣ ਕੇ ਦੇਖਦੀ ਪਈ ਕਿ ਬਹੁਤ ਔਖਾ ਹੈ ਮਦਰਹੁੱਡ। ਆਨਾ ਨੂੰ I love you, ma. ਮੇਰੀ ਮੰਮਾ ਕੇ ਲਈ ਤੋਂ ਵੋ ਜੀਓ ਹਜ਼ਾਰੋਂ ਸਾਲ, ਯਹੀ ਕਹਿਣਾ ਚਾਹਤੀ ਹੂੰ। I love my mother. ਮੈਂ ਆਪਣੀ ਮੰਮਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਔਰ ਮੇਰੀ ਇੰਸਪੀਰੇਸ਼ਨ ਹੈ ਉਹ। I love my mother. ਮੈਨੂੰ ਮੇਰੇ ਮੰਮਾ ਬਹੁਤ ਅੱਛੇ ਲੱਗਦੇ ਹੈ। ਜਿਹਨੂੰ ਮਾਂ ਪਿਓ ਮਾਂ ਦਾ ਪਿਆਰ ਮਿਲ ਗਿਆ ਉਸ ਤੋਂ ਅੱਛਾ ਕੁਛ ਵੀ ਨਹੀਂ, ਉਹਨੂੰ ਰੱਬ ਮਿਲ ਗਿਆ, ਸਭ ਤੋਂ ਬੈਸਟ। ਹੈਪੀ ਮਦਰਸ ਡੇ। ਮੇਰੇ ਵਾਸਤੇ ਸਭ ਕੁਛ ਮੇਰੀ ਮਾਂ ਹੈ। ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ, ਮੇਰੀ ਮਾਂ ਦੇ ਕਰਕੇ ਮੈਂ ਇੱਥੇ ਤੱਕ ਪਹੁੰਚੀ ਹਾਂ। ਇਸ ਕਰਕੇ ਇਸ ਦੁਨੀਆ 'ਚ ਜੋ ਕੁਛ ਵੀ ਹੈ ਸਭ ਕੁਛ ਸਭ ਤੋਂ ਉੱਤੇ ਮਾਂ ਹੀ ਹੈ। ਹਾਏ, ਮੇਰਾ ਨਾਮ ਭਾਵਨਾ ਹੈ। ਮੈਂ ਪਿਛਲੇ 3 ਸਾਲ ਸੇ ਆਪਣੇ ਘਰ ਸੇ ਬਾਹਰ ਹੂੰ। ਮੈਂ ਰਾਜਸਥਾਨ ਸੇ ਹੂੰ। ਮੈਂ ਬਾਹਰ ਪੜ੍ਹਨੇ ਆਈ ਜਸਟ ਬਿਕੋਜ਼ ਆਫ ਮਾਈ ਮੋਮ। ਉਹਨਾਂ ਨੇ ਸਪੋਰਟ ਕੀਤਾ, ਮੇਰੀ ਪੂਰੀ ਫੈਮਿਲੀ ਉਸ ਚੀਜ਼ ਕੇ ਅਗੇਂਸਟ ਥੀ, ਤਾਂ ਮੇਰੇ ਲਈ ਉਹ ਬਹੁਤ ਸਪੈਸ਼ਲ ਪਲੇਸ ਰੱਖਦੀ ਹੈ। ਐਂਡ ਸੀਰੀਅਸਲੀ ਮਿਸ ਹਰ, ਆਈ ਜਸਟ ਵਾਂਟ ਕਿ ਵੋ ਮੈਂ ਜਾ ਪਾਤੀ ਆਪਣੇ ਘਰ ਅਭੀ, ਪਰ ਮੈਂ ਨਹੀਂ ਜਾ ਪਾਊਂਗੀ। ਸੋ ਹੈਪੀ ਮਦਰਸ ਡੇ ਮੋਮੀ, ਐਂਡ ਆਈ ਲਵ ਯੂ। ਐਕਚੁਲੀ ਗਾਣਾ, ਇਹ ਗਾਣਾ ਮੇਰੀ ਮਦਰ ਕੇ ਬਹੁਤ ਕਲੋਜ਼ ਹੈ, ਮੇਬੀ ਉਨਕਾ ਫੇਵਰੇਟ ਸੌਂਗ ਹੈ, ਤੋ ਮੈਂ ਵਹੀ ਗਾਣਾ ਗਾਣਾ ਚਾਹੂੰਗੀ। ਰਾਤ ਕਲੀ ਇੱਕ ਖੁਆਬ ਮੈਂ ਆਈ, ਔਰ ਗਲੇ ਕਾ ਹਾਰ ਹੋਈ, ਸੁਬਹ ਕੋ ਜਬ ਹਮ ਨੀਂਦ ਸੇ ਜਾਗੇ, ਆਂਖੁਨੀ ਸੇ ਚਾਰ ਹੋਈ। ਰਾਤ ਕਲੀ ਇੱਕ ਖੁਆਬ ਮੈਂ ਆਈ, ਔਰ ਗਲੇ ਕਾ ਹਾਰ ਹੋਈ। ਥੈਂਕ ਯੂ। ਮੈਂ ਆਪਣੇ ਮੰਮਾ ਸੇ ਬਹੁਤ ਜ਼ਿਆਦਾ ਪਿਆਰ ਕਰਤਾ ਹੂੰ। ਮੈਂ ਆਪਣੀ ਮੰਮੀ ਨੂੰ ਬਹੁਤ ਜ਼ਿਆਦਾ ਪਿਆਰ ਕਰਨਾ। ਮੇਰੀ ਮੰਮੀ ਇਸ ਟਾਈਮ ਆਸਟ੍ਰੇਲੀਆ ਨੇ, ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਮਿਸ ਕਰ ਰਿਹਾ ਵਾਂ, ਕਾਸ਼ ਕਿਤੇ ਉਹ ਮੇਰੇ ਨਾਲ ਹੁੰਦੇ। ਮਾਂ ਜੋ ਹੈ ਵੋ ਇਸ ਧਰਤੀ ਪੇ ਦੂਸਰਾ ਭਗਵਾਨ ਹੈ, ਔਰ ਜਿਤਨੇ ਵੀ ਯੰਗਸਟਰਸ ਹੈ ਆਜ ਕੀ ਡੇਟ ਮੇ, ਉਨਕੋ ਆਪਣੀ ਮਦਰ ਕੀ ਇੱਜ਼ਤ ਕਰਨੀ ਚਾਹੀਏ, ਉਨਕਾ ਖਿਆਲ ਰੱਖਣਾ ਚਾਹੀਏ, ਐਂਡ ਦੇ ਆਲਵੇਜ਼ ਪ੍ਰੇ ਕਿ ਵੋ ਲੌਂਗ ਲਾਈਫ ਉਨਕੀ ਰਹੇ। ਮੰਮੀ ਕੇ ਲਈ ਸਭ ਕੋ ਕੁਛ ਅੱਛਾ ਕਰਨਾ ਚਾਹੀਏ, ਮਤਲਬ ਕਿਸੀ ਨਾ ਕਿਸੀ ਨੇ ਕਿਸੀ ਪਰਸਨ ਨੇ ਆਪਣੀ ਮਾਂ ਕਾ ਦਿਲ ਦੁਖਾਇਆ ਹੋਗਾ ਕੋਈ ਵੀ ਗਲਤ ਕੰਮ ਕਰਕੇ, ਜੈਸੇ ਮੈਂ ਖੁਦ ਨੂੰ ਕਿਸੀ ਮੰਮੀ ਕੋ ਆਪਣੀ ਕੋ ਹਰਟ ਕੀਆ ਹੈ ਕਿਸੀ ਵੀ ਬਾਤ ਸੇ, ਲੇਕਿਨ ਅਬ ਚਾਹਤਾ ਹੂੰ ਆਗੇ ਸੇ ਕਬ ਐਸਾ ਕੰਮ ਨਾ ਕਰੂੰ ਜੋ ਮੰਮ ਕੋ ਹਰਟ ਗਏ ਹੋ, ਔਰ ਖੁਸ਼ੀ ਹੀ ਦੂੰ ਉਨਕੀ, ਉਨਕੀ ਖੁਸ਼ੀ ਮੇਰੀ ਖੁਸ਼ੀ ਹੈ। ਮਦਰ ਬਣਨ ਦਾ ਜਿਹੜਾ ਦੇਣਾ ਹਰ ਔਰਤ ਲਈ ਸਭ ਤੋਂ ਖੁਸ਼ੀ ਦਾ ਹੋਵੇ, ਮੈਨੂੰ ਤਾਂ ਇਹ ਲੱਗਦਾ। ਥੈਂਕ ਯੂ ਫੋਰ ਐਵਰੀਥਿੰਗ ਸ਼ੀ ਡਿਡ ਫੋਰ ਅਸ। ਮਦਰ, ਆਈ ਲਵ ਮਾਈ ਮੋਮ, ਔਰ ਬਹੁਤ ਚੰਗੇ ਆ, ਸਾਨੂੰ ਸਾਰਾ ਕੁਝ ਦਿੰਦੇ ਆ ਜੋ ਸਾਨੂੰ ਚਾਹੀਦਾ ਹੋਵੇ। ਸਭ ਦੇ ਅਸੀਂ ਤਾਂ ਇਹ ਪ੍ਰਾਰਥਨਾ ਕਰਦੇ ਹਾਂ ਵੀ ਸਭ ਦੀਆਂ ਮੰਮੀਆਂ ਵਧੀਆ ਪਿਆਰ ਕਰਨ ਬੱਚਿਆਂ ਨੂੰ, ਮੰਮੀਆਂ ਤਾਂ ਕਰਦੀਆਂ ਨੇ ਬੱਚੇ ਵੀ ਮੰਮੀਆਂ ਨੂੰ ਪਿਆਰ ਕਰਨ। ਮਾਈ ਮਦਰ ਇਜ਼ ਆ ਬੈਸਟ ਮਦਰ ਆਫ ਵਰਲਡ। ਆਈ ਲਵ ਮਾਈ ਮੋਮ। ਮੈਂ ਆਪਣੀ ਮੰਮੀ ਨੂੰ ਬੜੀ ਪਿਆਰ ਬਹੁਤ ਪਿਆਰ ਕਰਦੀ ਹਾਂ, ਬਸ ਮੈਨੂੰ ਇਤਨਾ ਪਤਾ ਹੈ। ਫਸਟ ਆਫ ਆਲ ਹੈਪੀ ਮਦਰਸ ਡੇ। ਮੈਂ ਆਪਣੀ ਮਦਰ ਇਨ ਲਾਅ ਲਈ ਕੇਕ ਕੱਟਿਆ ਸੀਗਾ, ਔਰ ਆਈ ਐਮ ਫੀਲ ਵੈਰੀ ਹੈਪੀ, ਔਰ ਮੈਂ ਚਾਹੁੰਦੀ ਕਿ ਜਦੋਂ ਮੈਨੂੰ ਖੁਸ਼ ਰੱਖ ਰਿਹਾ ਉਹ ਵੀ ਆਪਣੀ ਲਾਈਫ ਵਿੱਚ ਹਮੇਸ਼ਾ ਖੁਸ਼ ਰਹਿਣ, ਅਤੇ ਜੋ ਚਾਹੁੰਦੇ ਆ ਉਹਨਾਂ ਨੂੰ ਹਮੇਸ਼ਾ ਮਿਲੇ। ਸਾਰਿਆਂ ਨੂੰ ਮਦਰ ਡੇਜ਼ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਬਹੁਤ ਹੀ ਸਪੈਸ਼ਲ ਦਿਨ ਹੈ ਬੱਚਿਆਂ ਲਈ ਔਰ ਮਦਰਸ ਲਈ, ਬਿਕੋਜ਼ ਮਦਰਸ ਦਾ ਬਹੁਤ ਰੋਲ ਹੈ ਬੱਚਿਆਂ ਦੀ ਲਾਈਫ 'ਚ, ਅਤੇ ਬੱਚਿਆਂ ਦਾ ਬਹੁਤ ਵੱਡਾ ਰੋਲ ਹੈ ਮਦਰਸ ਦੀ ਲਾਈਫ 'ਚ। ਥੈਂਕ ਯੂ। ਮੈਂ ਆਪਣੀ ਮੰਮਾ ਕੇ ਲਈ ਕਹਿਣਾ ਚਾਹੂੰਗੀ ਕਿ ਉਹ ਦੁਨੀਆ ਕੀ ਸਭ ਸੇ ਅੱਛੀ ਮਾਂ ਹੈ, ਔਰ ਮੈਂ ਉਨਕੇ ਲਈ ਇੱਕ ਸੌਂਗ ਸੁਣਾਉਣਾ ਚਾਹੂੰਗੀ। ਲੋਰੀ ਸੁਣਾ ਫਿਰ ਸੇ, ਮੁਝੇ ਨੀਂਦ ਨਹੀਂ ਆਤੀ ਹੈ, ਤੇਰੇ ਆਂਚਲ ਮੇਂ ਦੁਨੀਆ ਮਿਲ ਜਾਤੀ ਹੈ, ਜੋ ਸਕੂਨ ਮਿਲਤਾ ਤੇਰੇ ਆਂਚਲ ਮੇਂ, ਨਾ
कहीं मिलता दुनिया में। काश सो जाऊं सोते ही रह जाऊं, है थकन कितनी अखियों में। दुनिया तो कितना सताती है माँ, ये बारिश में गम की बिगाती है माँ। तू खुद भीग जाए सूखे में सुलाती है। लोरी सुना फिर से, मुझे नींद नहीं आती है। आई लव यू मॉम। तू कितनी अच्छी है, तू कितनी भोली है, प्यारी प्यारी है ओ माँ। वट एवर वी आर टूडे स्टैंडिंग ओवर हियर इज जस्ट बिकॉज ऑफ अ मदर। वी लव हर अलॉट एंड थैंक्स फॉर बींग विद अस एवरी टाइम। मैं अपने मम्मी से बहुत ज़्यादा प्यार करता हूँ, मिस करता हूँ, मिलना जल्दी चाहता हूँ। बहुत प्यार करती मैं अपनी मम्मा नू। माँ एक ऐसी चीज़ है जो सारी दुनिया से हर चीज़ मिल जाएगी पर माँ वर्गा प्यार नहीं मिलेगा। तू कितनी अच्छी है, कितनी भोली है, प्यारी प्यारी है ओ माँ, ओ माँ, ओ माँ, ओ माँ। हैप्पी मदर्स डे। मदर के बारे में अब यही कहेंगे, काफ़ी टाइम हो गया उनको गए हुए, लेकिन उनकी यादों के हिसाब से बोलते हैं कि माँ एक ऐसी चीज़ है जिसको कुछ बोलना भी नहीं पड़ता और उसको दिल की सारी बात पता होती है। ये सबसे अनोखी है कि वो कैसे दिल की बात जान जाती है कि मेरे बच्चे को, हाँ मेरे बच्चे को ये मुश्किल है या उसको इस चीज़ की ज़रूरत है, ये एक माँ के अलावा कोई नहीं जान सकता। मदर्स डे ते मैं अपने मम्मा नूं कहना चाहनी हाँ कि आई लव यू मॉम। तो मॉम मेरे जड़े है उन्होंने मेरा हमेशा साथ दिता है, तो कभी मैं गलत रस्ते पर नहीं जान दिता, तो मैं उन्होंने वास्ते उन्होंने हर ख्वाहिश पूरी करांगी जिन्ना मेरे को हो सके। तो मैं अपने मम्मा एक सॉन्ग डेडिकेट करना चाहनी हाँ, पुराना है थोड़ा बट बहुत वधिया है। तू कितनी अच्छी है, तू कितनी भोली है, प्यारी प्यारी है हो माँ, बन है कांटों का तू फुलवारी है हो माँ, हो माँ। थैंक यू एंड लव यू मॉम। तो ये सी लोगों का प्यार अपनी मदर्स दे लई। उन्होंने दसिया कि वो अपनी मदर्स लई इस मदर्स डे ते की स्पेशल कर रहे हैं। तुसी भी सानू जरूर दसना साड़ी वीडियो दे थले कमेंट करके कि इस मदर्स डे नू तुसी अपनी मदर्स लई किदा स्पेशल बना रहे हो। तो दैनिक सवेरा की पूरी टीम वालों सारे नू हैप्पी मदर्स डे।